ਤੇ ਕਿੰਨੇ ਦੇ ਸਾਹਮਣੇ ਆਪਣੇ ਤੋਂ ਪਹਿਲਾਂ ਗੁਰੂ ਸਾਹਿਬਾਨ ਤੋਂ ਪਹਿਲਾਂ ਦਾ ਸਮਾਜ ਜੋ ਹੈ ਉਸ ਦਾ ਸ਼ੀਸ਼ਾ ਸੀ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਸ਼ੋਕੜ ਦੇ ਵਿੱਚ ਜਦੋਂ ਨਜ਼ਰ ਮਾਰੀ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਪੂਰੀ ਪੂਰੀ ਕਾਇਨਾਤ ਪੂਰੇ ਦਾ ਪੂਰਾ ਸਮਾਜ ਜੋ ਹੈ ਉਹ ਬਹੁਤ ਛੋਟੀਆਂ ਛੋਟੀਆਂ ਗੱਲਾਂ ਨਾਲ ਤੇ ਵੱਡੀਆਂ ਗੱਲਾਂ ਨਾਲ ਲੱਭੜ ਚੁੱਕਿਆ ਟੜਕ ਚੁੱਕਿਆ ਔਰ ਉਹਨਾਂ ਨੇ ਜਦੋਂ ਮਨੁਸਿਮਰਤੀ ਦੇ ਆਧਾਰਨ ਨੂੰ ਸਾਹਮਣੇ ਰੱਖਿਆ ਤੇ ਮਨੁਸਿਮਰਤੀ ਦੇ ਅਨਸਾਰ ਜਿਹੜੀ ਵਰਣ ਵੰਡ ਕੀਤੀ ਗਈ ਸੀ ਔਰ ਜਿਸ ਤਰ੍ਹਾਂ ਦੇ ਅਧਿਕਾਰ ਉੱਚੀਆਂ ਸ਼੍ਰੇਣੀਆਂ ਨੂੰ ਦਿੱਤੇ ਗਏ ਸੀ ਉਹ ਸਾਰੇ ਦੇ ਸਾਰੇ ਮਨੁੱਖ ਲਈ بڑے ਵੱਡੇ ਕਲੰਕ ਸੀ ਔਰ ਪਰਮਾਤਮਾ ਦੀ ਜੋ ਸਾਰੀ ਸਿਰਜਣਾ ਹੈ ਉਸ ਲਈ ਜਿਹੜਾ ਵੈਲਿਊ ਸਿਸਟਮ ਬਣਿਆ ਜਿਹੜੀਆਂ ਕਦਰਾਂ ਕੀਮਤਾਂ ਬਣੀਆਂ ਹੋਈਆਂ ਸੀ ਉਹਨਾਂ ਦੀ ਉਲੰਘਣਾ ਸੀ ਜਿਹੜਾ ਇੱਕ ਸਾਰ ਸਮਾਜ ਪਹਿਲਾਂ ਤੁਰਿਆ ਆਉਂਦਾ ਸੀ ਜਿਹਦੇ ਵਿੱਚ ਬਰਾਬਰੀ ਸੀ ਜਿਹਦੇ ਵਿੱਚ ਮਾਂ ਜੋ ਹੈ ਉਹ ਕਬੀਲੇ ਦੀ ਨੇਤਾ ਸੀ ਉਹ ਉਸ ਸਾਰੇ ਨੂੰ ਮਨੁਸਿਮਰਤੀ ਦੇ ਆਧਾਰ ਨੇ ੜਕਾ ਕੇ ਰੱਖ ਦਿੱਤਾ ਉਹਨਾਂ ਨੇ ਚਾਰ ਵਰਨਾਂ ਦੀ ਜਿਹੜੀ ਵੰਡ ਕੀਤੀ ਉਹ ਬੜੀ ਇਲੋਜੀਕਲ ਸਾਬਤ ਹੋਈ ਸਮੇਂ ਨਾਲ ਕਿਉਂਕਿ ਅਮਲੀ ਰੂਪ ਵਿੱਚ ਉਸ ਦੇ ਆਧਾਰ ਬਿਲਕੁਲ ਖਤਮ ਹੋ ਗਏ ਉਸ ਚਾਰ ਵਰਣ ਜਿਹੜੇ ਨੇ ਉਹ ਹੀ ਅੱਗੋਂ ਜਾ ਕੇ ਜਾਤ ਪਾਤ ਦਾ ਬਹੁਤ ਵੱਡਾ ਕਾਰਨ ਬਣਿਆ ਜਿਹੜਾ ਜਾਤ ਪਾਤ ਦਾ ਕਲੰਕ ਬਣ ਚੁੱਕਿਆ ਸੀ ਅਸੀਂ ਇਹ ਧਿਆਨ ਨਾਲ ਸਧਾਰਨ ਨਜ਼ਰ ਨਾਲ ਵੀ ਦੇਖ ਸਕਦੇ ਹਾਂ ਕਿ ਬ੍ਰਾਹਮਣ ਨੂੰ ਅਸੀਮ ਤਾਕਤਾਂ ਦੇ ਦਿੱਤੀਆਂ ਗਈਆਂ ਸੀ ਬ੍ਰਾਹਮਣ ਦੇ ਸੰਬੰਧ ਵਿੱਚ ਕਿਹਾ ਗਿਆ ਸੀ ਕੇ ਵਿਦਿਆ ਲੈਣ ਦਾ ਵਿਦਿਆ ਪ੍ਰਾਪਤ ਕਰਨ ਦਾ ਅਧਿਕਾਰ ਸਿਰਫ ਉਸ ਮਨੁੱਖ ਨੂੰ ਹੈ ਜਿਸ ਨੇ ਬ੍ਰਾਹਮਣ ਦੇ ਘਰ ਜਨਮ ਲਿਆ ਹੋਵੇ ਔਰ ਪੱਕੇ ਤੌਰ ਤੇ ਵੰਡੀ ਪਾ ਦਿੱਤੀ ਗਈ ਕਿ ਬਾਕੀ ਦੀਆਂ ਜੜੀਆਂ ਬਾਕੀ ਦੇ ਵਰਣ ਸੀ ਜਿਹੜੇ ਖੱਤਰੀ ਵੈਸ਼ ਸ਼ੂਦਰ ਉਹਨਾਂ ਵਿੱਚੋਂ ਵਿਦਿਆ ਲੈਣ ਦਾ ਕਿਸੇ ਨੂੰ ਕੋਈ ਪੂਰਤ ਅਧਿਕਾਰ ਨਹੀਂ ਸੀ ਔਰ ਗਿਆਨ ਦੀ ਗੱਲ ਕਰਨ ਦਾ ਅਸੀਂ ਇਹ ਕਹਿ ਸਕਦੇ ਹਾਂ ਕਿ ਮਨਪਲੀ ਏਕਾ ਅਧਿਕਾਰ ਬ੍ਰਾਹਮਣ ਦੇ ਹੱਥ ਵਿੱਚ ਦੇ ਦਿੱਤਾ ਗਿਆ ਇਸ ਦੇ ਨਾਲ-ਨਾਲ ਬ੍ਰਾਹਮਣ ਤੇ ਰਾਜੇ ਵਿੱਚ ਇੱਕ ਭਾਈਵਾਲੀ ਪੈਦਾ ਕਰ ਦਿੱਤੀ ਗਈ। ਰਾਜਾ ਵੀ ਜਮਾਤ ਦਾ ਅਧਿਕਾਰੀ ਸੀ। ਰਾਜਾ ਵੀ ਉੱਚ ਸ਼੍ਰੇਣੀ ਦੇ ਵਿੱਚੋਂ ਸਮਝਿਆ ਜਾਂਦਾ ਸੀ। ਰਾਜੇ ਨੂੰ ਬ੍ਰਾਹਮਣ ਨੇ ਸਾਬਤ ਕੀਤਾ ਕਿ ਉਹ ਪ੍ਰਮਾਤਮਾ ਦਾ ਪੈਗੰਬਰ ਹੈ, ਅਕਾਲ ਪੁਰਖ ਦਾ ਪੈਗੰਬਰ ਹੈ। ਉਸ ਨੂੰ ਸਾਰੀਆਂ ਸ਼ਕਤੀਆਂ ਦੇ ਕੇ ਅਕਾਲ ਪੁਰਖ ਨੇ ਭੇਜਿਆ। ਇਸ ਕਰਕੇ ਉਹ ਬਾਕੀ ਦੇ ਮਨੁੱਖਾਂ ਨਾਲ ਜਿਵੇਂ ਵੀ ਵਰਤਾਓ ਕਰਦਾ ਸੀ ਉਹ ਇਸ ਤੱਥ ਨੂੰ ਆਪਣੇ ਹੱਕ ਵਿੱਚ ਵਰਤਦਾ ਸੀ ਕਿ ਮੈਨੂੰ ਤਾਂ ਪਰਮਾਤਮਾ ਨੇ ਸਾਰੇ ਅਧਿਕਾਰ ਦੇ ਕੇ ਇੱਥੇ ਭੇਜਿਆ ਹੈ ਇਸੇ ਤਰ੍ਹਾਂ ਬ੍ਰਾਹਮਣ ਖੁਦ ਉਸ ਦਾ ਭਾਈਵਾਲ ਬਣ ਚੁੱਕਿਆ ਸੀ ਬ੍ਰਾਹਮਣ ਦੇ ਸੰਬੰਧ ਵਿੱਚ ਇਹ ਸੀ ਇੱਥੋਂ ਤੱਕ ਮਨੁਸਿਮਰਤੀ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ ਬ੍ਰਾਹਮਣ ਜੇ ਕੋਈ ਬੁਰਾ ਕੰਮ ਵੀ ਕਰੇ ਤੇ ਉਸ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ब्राह्मण ਜੇ ਕੋਈ ਉਲੰਘਣਾ ਵੀ ਕਰੇ ਸਮਾਜ ਦੀ ਬਣਤਰ ਦੀ ਤੇ ਉਸ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਰਾਜੇ ਦੇ ਅਧੇ ਧੰਨ ਦਾ ਅਧਿਕਾਰੀ ਹੈ ব্রাহ্মণ ਚਾਹੇ ਗੱਲਾਂ ਬਾਅਦ ਵਿੱਚ ਹੌਲੀ-ਹੌਲੀ ਖੁਰ ਗਈਆਂ ਕਿਉਂਕਿ ਜਿਵੇਂ-ਜਿਵੇਂ ਇੰਡਸਟਰੀਅਲਾਈਜੇਸ਼ਨ ਹੋਈ ਉਦਯੋਗ ਬਣਿਆ ਜਿਸ ਤਰ੍ਹਾਂ ਜੇ ਗੁਰਮ ਗੁਰਸਿੱਖੀ ਦਾ ਪ੍ਰਚਾਰ ਹੋਇਆ ਜਾਂ ਹੋਰ ਬਹੁਤ ਸਾਰੀਆਂ ਫਲਸਫੀ ਜਿਹੜੀਆਂ ਮਨੁੱਖ ਦੀ ਬਰਾਬਰੀ ਵਿੱਚ ਯਕੀਨ ਕਰਦੀਆਂ ਜਿਹੜੀਆਂ ਮਨੁੱਖ ਨੂੰ ਜਮਹੂਰੀ ਅਧਿਕਾਰ ਦੇਣਾ ਚਾਹੁੰਦੀ ਹੈ ਹਰ ਮਨੁੱਖ ਨੂੰ ਬਰਾਬਰ ਮੰਨਦੀ ਹੈ ਉਸ ਨੂੰ ਉਹਨਾਂ ਨੇ ਇਹ ਜਿਹੜਾ ਆ ਉਹਨਾਂ ਨੇ ਪ੍ਰਮੋਟ ਕੀਤਾ ਹੈ ਇਸ ਗੱਲ ਨੂੰ ਕਿ ਇਹ ਵਿਚਾਰ ਜਿਹੜੇ ਨੇ ਇਹ ਗਲਤ ਨੇ ਇਹ ਜਿਹੜਾ ਇੱਕ ਪੁਰਖੀ ਨਰੰਕਸ਼ ਰਾਜ ਹੈ ਉਹ ਗਲਤ ਹੈ ਜਿਹੜਾ ਬ੍ਰਾਹਮਣ ਦਾ ਵਿਚਾਰਧਾਰਕ ਰਾਜ ਹੈ ਉਹ ਵੀ ਗਲਤ ਹੈ ਕਿ ਉਸ ਦਾ ਉਸ ਦੇ ਮੂੰਹ ਦੂਜੇ ਪਾਸੇ ਸ਼ੂਦਰ ਬਾਰੇ ਕਿਹਾ ਗਿਆ ਕਿ ਉਹ ਕੋਈ ਚੰਗਾ ਕੰਮ ਵੀ ਕਰੇ ਤਾਂ ਵੀ ਸਦਾਦਾ ਭਾਗੀ ਹੈ ਜੇ ਉਹ ब्राह्मण ਦਾ ਰਸਤਾ ਲੰਘ ਜਾਵੇ ਤਾਂ ਵੀ ਸ ਜ਼ਿਆਦਾ ਭਾਗੀ ਹੈ ਜੇ ਉਹ ਕੋਈ ਕਲਾ ਵਿੱਚ ਨਪੁੰਨ ਹੋਣਾ ਚਾਹੇ ਤਾਂ ਫਿਰ ਉਹ ਵੀ ਬਿਨਾ ਇਜਾਜ਼ਤ ਤੋਂ ਨਹੀਂ ਪ੍ਰਾਪਤ ਕਰ ਸਕਦਾ ਉਸ ਲਈ ਵੱਖਰਾ ਥਾਂ ਹੋਏਗਾ ਆਪਾਂ ਜਾਣਦੇ ਆ ਜਾਤ ਪਾਤ ਦੇ ਕਾਰਨ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਬੜੀ دیر ਤੱਕ ਇਹ ਇਸ ਤਰ੍ਹਾਂ ਦੀ ਹਾਲਤ ਰਹੀ ਕਿ ਜਿਹੜੇ ਨੀਵੀਂ ਜਾਤਾਂ ਦੇ ਲੋਕ ਸਮਝੇ ਜਾਂਦੇ ਸੀ ਉਹ ਫਸਲਾਂ ਨੂੰ ਗੁੱਟਦੇ ਸੀ, ਪਾਲਦੇ ਸੀ, ਖੂਹ ਤਿਆਰ ਕਰਦੇ ਸੀ ਪਾਣੀ ਕੱਢਣ ਲਈ। ਲੇਕਿਨ ਜਦੋਂ ਪਾਣੀ ਪੀਣ ਦਾ ਮੌਕਾ ਆਉਂਦਾ ਸੀ, ਉਦੋਂ ਉਹ ਪਾਣੀ ਸਿੱਧਾ ਸੋਮੇ ਤੋਂ ਨਹੀਂ ਸੀ ਪੀ ਸਕਦੇ। ਉਹ ਉੱਥੇ ਨਹਾ ਨਹੀਂ ਸੀ ਸਕਦੇ ਜਿੱਥੇ ਜਿੱਥੇ ਉੱਚ ਜਾਤੀਆਂ ਵਾਲੇ ਨਹਾਉਂਦੇ ਸੀ। ਉਹ ਬ੍ਰਾਹਮਣ ਦਾ ਰਸਤਾ ਨਹੀਂ ਸੀ ਵਲੰਗ ਸਕਦੇ। ਉਹਨਾਂ ਦੀਆਂ ਬਸਤੀਆਂ ਅਲੱਗ ਬਣਾ ਦਿੱਤੀਆਂ ਗਈਆਂ। ਜਦੋਂ ਉਹ ਪਿੰਡ ਦੇ ਵਿੱਚ ਉਹਨਾਂ ਚੋ ਕਿਸੇ ਨੇ ਵੜਨਾ ਹੁੰਦਾ ਸੀ ਤਾਂ ਪਹਿਲਾਂ ਢੋਲ ਵਜਾਉਣਾ ਪੈਂਦਾ ਸੀ ਕਿ ਮੈਂ ਆ ਰਿਹਾ ਔਰ ਜੇ ਕੋਈ ਪਟਿਆ ਜਾਵੇ ਨਾਲ ਲੱਗ ਜਵੇ ਛੋਹ ਜਾਵੇ ਤਾਂ ਐ ਸਮਝਿਆ ਜਾਂਦਾ ਸੀ ਕਿ ਨੀਚ ਨੇ ਪਿੱਟ ਦਿੱਤਾ ਨਾਉਣਾ ਪੈਣਾ ਬ੍ਰਾਹਮਣ ਨੇ ਇਹ ਵਹਿਮ ਪਰਮ ਜਿਹੜੇ ਨਾ ਬੜੇ ਪੱਕੇ ਕੀਤੇ ਹੋਏ ਸੀ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਚੈਲੰਜ ਕੀਤਾ ਖਾਸ ਤੌਰ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਮਹਿਮ ਅਰੰਭ ਕੀਤੀ ਤਾਂ ਉਹਨਾਂ ਨੇ ਆਪਣੇ ਵਿਚਾਰਾਂ ਦੀ ਰਾਹੀਂ ਇਸ ਕਿਸਮ ਦੇ ਵੰਡ ਵਿਹਾਰ ਨੂੰ ਚੈਲੰਜ ਕੀਤਾ ਚੁਣੌਤੀ ਦਿੱਤੀ ਇਹਦੇ ਅਗੇਂਸਟ ਇੱਕ ਉਹ ਜੰਗ ਛੇੜੀ ਵਿਚਾਰਧਾਰਕ ਜੰਗ ਜੋ ਹੈ ਉਸ ਦਾ ਆਰੰਭ ਉਹਨਾਂ ਦੇ ਰਾਹੀਂ ਹੋਇਆ ਅਸੀਂ ਵੇਖ ਸਕਦੇ ਹਾਂ ਬੜੇ ਸਪਸ਼ਟ ਤੌਰ ਤੇ ਕਿ ਗੁਰੂ ਨਾਨਕ ਸਾਹਿਬ ਦੀਆਂ ਇਹ ਇਹ ਜਿਹੜੇ ਮਹਾਵਾਕ ਨੇ ਇਹ ਇੱਕ ਤਰ੍ਹਾਂ ਦੇ ਨਾਲ ਐਲਾਨ ਨਾ ਮਾਨੇ ਉਹਨਾਂ ਦਾ ਮੈਨੀਫੈਸਟੋ ਹੈ ਉਹਨਾਂ ਨੇ ਇੱਕ ਐਲਾਨ ਕੀਤਾ ਕਿ ਮੈਂ ਤਾਂ ਉਹਨਾਂ ਦੇ ਨਾਲ ਐ ਜਿਹੜੇ ਨੀਵੇਂ ਸਮਝੇ ਜਾਂਦੇ ਆ ਤੇ ਜਿਹੜੇ ਨੀਵੇਂ ਸਮਝੇ ਜਾਂਦੇ ਆ ਛੋਟੇ ਸਮਝੇ ਜਾਂਦੇ ਆ ਗਰੀਬ ਸਮਝੇ ਜਾਂਦੇ ਆ ਛੋਟੀਆਂ ਜਾਤਾਂ ਵਾਲੇ ਸਮਝੇ ਜਾਂਦੇ ਆ ਉਹ ਉਹਨਾਂ ਦੇ ਅੰਦਰ ਮੈਨੂੰ ਰੱਬ ਵਾਸਤਾ ਨਜ਼ਰ ਆਉਂਦੇ ਆ ਇਹ ਐਲਾਨਾ ਉਸ ਵੇਲੇ ਕਰਨਾ ਕੋਈ ਛੋਟੀ ਗੱਲ ਨਹੀਂ ਸੀ ਇਹ ਵਿਦਰੋਹ ਸੀ ਇੱਕ ਇਨਕਲਾਬ ਸੀ ਉਹਨਾਂ ਜਮਾਤਾਂ ਦੇ ਖਿਲਾਫ ਜਿਹੜੀਆਂ ਜਮਾਤਾਂ ਆਪਣੇ ਆਪ ਨੂੰ ਆਪਣੇ ਆਪ ਨੂੰ ਇੱਕ ਅਧਿਕਾਰ ਦੇ ਨਾਲ ਆਈਆਂ ਹੋਈਆਂ ਸਮਝ ਸੀ ਜਿਨ੍ਹਾਂ ਕੋਲ ਇੱਕ ਬਹੁਤ ਵੱਡਾ ਹਥਿਆਰ ਸੀ ਇਹ ਕਹਿ ਕੇ ਕਿ ਸਾਨੂੰ ਤਾਂ ਪ੍ਰਮਾਤਮਾ ਨੇ ਇਹ ਜੇ ਬਣਾ ਕੇ ਭੇਜਿਆ ਤਾਂ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਇਹ ਸਪਸ਼ਟ ਤੌਰ ਤੇ ਕਿਹਾ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਓ ਕਿ ਆ ਰੀਸ ਜਿੱਥੇ ਨੀਚ ਸਮਾਲੀ ਜਨ ਕਿੱਥੇ ਨਜ਼ਰ ਤੇਰੀ ਬਖਸ਼ੀਸ ਤੇ ਫਿਰ ਜਦੋਂ ਉਹਨਾਂ ਨੂੰ ਕਈਆਂ ਪਾਸਿਆਂ ਤੋਂ ਇਹ ਆਵਾਜ਼ਾਂ ਆਈਆਂ ਪਿਨੀ ਇਹ ਤਾਂ ਗਲਤ ਗੱਲ ਤੈ ਅਸੀਂ ਵੱਡੇ ਆ ਅਸੀਂ ਜਾਤ ਪਾਤ ਵਿੱਚ ਸਵੱਛ ਹੈ ਅਸੀਂ ਰਾਏ ਅਸੀਂ ਉਹ ਹੁੰਨੇ ਆ ਮਲਕ ਭਾਗੋ ਹੁੰਨੇ ਆ ਸਾਡੇ ਕੋਲ ਭਾਈ ਲਾਲੋ ਵਰਗੇ ਦੇ ਲੰਗਰ ਛਕਣ ਲਈ ਤੁਹਾਨੂੰ ਜਾਨਣਾ ਤੇ ਸਾਡੇ ਕੋਲੇ 36 ਭੋਜਨ ਛਕਣ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਨੇ ਇਹਨਾਂ ਗੱਲਾਂ ਨੂੰ ਸਿੰਬੋਲਿਕ ਤੌਰ ਤੇ ਪ੍ਰਤੱਖ ਕੀਤਾ